ਮੈਂ ਜਿਸ ਇਸਲਾਮ ਦੀ ਗੱਲ ਕਰਦਾ ਉਹ ਇਸਲਾਮ ਹੈ ਵੇ। ਇਮਾਮ ਸ਼ਾਮਿਲ ਚੇਚਨੀਆਂ ਦੇ ਮੁਸਲਮਾਨ ਅੱਜ ਵੀ ਉਹਨਾਂ ਦਾ ਨਾਂ ਲੈ ਕੇ ਨਾ, ਅਤੇ ਚੇਚਨੀਆਂ ਦੇ ਮੁਸਲਮਾਨ ਉਹ ਹੁਕਮਰਾਨ ਨੇ ਜਿਹੜਾ ਪਿਆਲਾ ਜਿਸ ਹਜ਼ੂਰ ਦਾ ਸਿਰਫ ਪਿਆਲਾ ਕਿਸ ਅੰਦਾਜ਼ ਨਾਲ ਲੈ ਗਏ ਪਤਾ, ਦੁਨੀਆਂ ਦੀਆਂ ਵੱਡੀਆਂ ਕਾਰਾਂ ਉਹਨੇ ਮੰਗਾਈਆਂ, ਅਤੇ ਜਿਸ ਅੰਦਾਜ਼ ਨਾਲ ਹਜ਼ੂਰ ਦਾ ਪਿਆਲਾ ਇਸੇ ਤਰ੍ਹਾਂ ਦਾ ਕੁਫਰ ਮਰਦਾ ਹੈ। ਉਰਵਾ ਬਿਨ ਮਸੂਦ ਇਹ ਹੀ ਮੰਜ਼ਰ ਵੇਖ ਕੇ ਤਾਂ ਜਾ ਕੇ ਮੱਕੇ ਕਿਹਾ, ਉਹਨੇ ਕਿਹਾ ਜੱਲੇ ਹੋਏ ਹੋ ਤੁਸੀਂ ਹਜ਼ੂਰ 'ਤੇ ਹਮਲਾ ਕਰਨਾ ਚਾਹੁੰਦੇ ਹੋ, ਮੈਂ ਜੋ ਮੰਜ਼ਰ ਵੇਖਿਆ ਐ ਕੌਮ ਵੱਲਾਹ ਲਕਦ ਵਫਤੁ ਅਲਲ ਮਲੂਕ ਵਫਤੁ ਅਲਾ ਕੈਸਰਾ ਵ ਕਿਸਰਾ ਵ ਨਜਾਸ਼ੀ ਵੱਲਾਹ ਇਨ ਰਹਿਤੁ ਮਲਕਨ ਕਦ ਯੁਅਜ਼ਿਮੁ ਅਸਹਾਬਹੁ ਮਾ ਯੁਅਜ਼ਿਮੁ ਅਸਹਾਬ ਮੁਹੰਮਦਿਨ ਮੁਹੰਮਦਾ। ਕਿਉਂ ਜੀ? ਉਹਨੇ ਕਿਹਾ ਮੈਂ ਕੈਸਰ ਕਿਸਰਾ ਦੇ ਦਰਬਾਰ ਵਿੱਚ ਗਿਆ, ਮੈਂ ਸੋਨੇ ਵੇਖੇ, ਚਾਂਦੀਆਂ ਵੇਖੀਆਂ, ਸੁਪਰ ਪਾਵਰ ਵੇਖੀਆਂ, ਫੌਜਾਂ ਵੇਖੀਆਂ, ਹੀਰੇ ਵੇਖੇ, ਜਵਾਹਰਾਤ ਵੇਖੇ, ਬਿਸਤਰ ਵੇਖੇ, ਮਖਮਲ ਵੇਖੇ, ਖਾਣੇ ਵੇਖੇ, ਦਸਤਰਖਾਨ ਵੇਖੇ, ਲੇਕਿਨ ਜਿਹੜਾ ਮੰਜ਼ਰ ਮੈਂ ਮੁਹੰਮਦ ਅਰਬੀ ਦੇ ਦਰਬਾਰ ਦਾ ਵੇਖਿਆ ਮੈਂ ਕਿਧਰੇ ਨਹੀਂ ਵੇਖਿਆ। ਇੰਜ ਹਜ਼ੂਰ ਨਾਲ ਜਦੋਂ ਪਿਆਰ ਹੋ ਜਾਏਗਾ ਨਾ, ਕੁਫਰ ਡੈ ਪਵੇਗਾ। ਚੇਚਨੀਆਂ ਦੇ ਮੁਸਲਮਾਨ ਜਿਸ ਅੰਦਾਜ਼ ਨਾਲ ਹਜ਼ੂਰ ਦਾ ਮੁਬਾਰਕ ਨਿਸਬਤ ਹੈ ਨਾ ਪਿਆਲੇ ਦੀ, ਉੱਥੇ ਪਿਆਲੇ ਦਾ ਇਤਨਾ ਇਤਰਾਮ ਕਰਨ ਜੀ, ਅਤੇ ਪਾਕਿਸਤਾਨ ਜਿਹੜਾ ਹਜ਼ੂਰ ਦੇ ਨਾਂ 'ਤੇ ਬਣੇ ਹੋਏ, ਗਵਰਨਰ ਬਕਵਾਸ ਕਰੇ ਕਿ ਹਜ਼ੂਰ ਕੀ ਇੱਜ਼ਤ ਦਾ ਕਾਨੂੰਨ ਕੱਲ ਹੈ। ਲੱਖਾਂ ਸਲਾਮ ਹੋਵਨ ਚੇਚਨੀ ਵਾਲੇ ਮੁਸਲਮਾਨੋ, ਤੁਹਾਡੇ ਉੱਤੇ ਤੁਸੀਂ ਦੁਨੀਆਂ ਨੂੰ ਦੱਸਿਆ ਅਸੀਂ ਤਾਂ ਪਿਆਲੇ ਦੀ ਨਿਸਬਤ ਹਜ਼ੂਰ ਵੱਲ ਹੋ ਗਈ, ਅਤੇ ਅਸੀਂ ਇਸ ਅੰਦਾਜ਼ ਨਾਲ ਲੈ ਗਏ ਹਾਂ, ਅਸੀਂ ਉਹਦਾ ਜਲੂਸ ਕੱਢ ਕੇ ਲੈ ਗਏ, ਇੱਥੇ ਮੁੱਲੇ ਮੁਲਵਾਣੇ ਸਾਹਬਾ ਨੇ ਜਲੂਸ ਨਿਕਾਲਾ। ਮੈਂ ਕਿਹਾ ਤੈਨੂੰ ਕੀ ਪਤਾ ਹੈ ਹਜ਼ੂਰ ਦੀ ਸ਼ਾਨ ਦਾ, ਤੂੰ ਅਭੀ ਇਸੀ ਪਰ ਸਾਹਬਾ ਨੇ ਮਨਾਇਆ। ਮੈਂ ਕਿਹਾ ਸਾਹਬਾ ਜਿਹੜੇ ਕੰਮ ਕੀਤੇ ਜਲਿਆ ਤੂੰ ਤਾਂ ਸੋਚ ਵੀ ਨਹੀਂ ਸਕਦਾ, ਸਾਹਬਾ ਸਾਹਬਾ ਕੀ ਬਾਤ ਹੈ। ਹਾਂਜੀ, ਇਸ ਵਾਸਤੇ ਹਜ਼ੂਰ ਨਾਲ ਜਦੋਂ ਪਿਆਰ ਹੋਏਗਾ ਨਾ ਤਾਂ ਫਿਰ ਕੁਫਰ ਵੈਸੇ ਡੈ ਪਵੇਗਾ। ਹਾਂਜੀ, ਉੱਥੇ ਗੱਲ ਵੈਸੀ, ਇਮਾਮ ਸ਼ਾਮਿਲ ਦੇ ਅੱਜ ਵੀ ਲੋਕ ਮੰਨ, ਉਹਦਾ ਨਾਂ ਲੈ ਕੇ ਜ਼ਿੰਦਾ ਨੇ ਲੋਕ। ਨਕਸ਼ਬੰਦੀਆਂ ਦੇ ਇਮਾਮ, ਆਪ ਨੇ ਨਿਜ਼ਾਮੇ ਮੁਸਤਫਾ ਮੁਕੰਮਲ ਨਾਫਿਜ਼ ਫਰਮਾਇਆ ਚੇਚਨੀਆਂ ਵਿੱਚ। ਇਸ ਵਾਸਤੇ ਉਹਨਾਂ ਦਾ ਸਦਰ ਵੀ ਦਾੜੀ ਰੱਖ ਲੈਂਦਾ, ਇੱਥੋਂ ਦਾ ਇਮਾਮ ਵੀ ਥੋੜ੍ਹੀ ਥੋੜ੍ਹੀ ਕਰਾਉਂਦਾ ਮੈਂ ਬਈ, ਕਿਉਂਕਿ ਜ਼ਿਆਦਾ ਕਿਹੜਾ ਕੋਈ ਫਰਜ਼ ਵਾਜਬ। ਹਾਂ, ਇੱਥੋਂ ਦੇ ਇਮਾਮਾਂ ਅਤੇ ਖਤੀਬਾਂ ਨੂੰ ਵੀ ਸਮਝ ਨਾ ਆਈ ਦਾੜੀ ਦੀ, ਅਤੇ ਉੱਥੇ ਦੇ ਸਦਰ ਨੂੰ ਵੀ ਸਮਝ ਆ ਗਈ ਕਿ ਦਾੜੀ ਹਜ਼ੂਰ ਕੀ ਸੁਨਤ ਹੈ। ਇਹ ਉਸ ਇਮਾਮ ਦੀ ਮਿਹਨਤ ਹੈ। ਹਾਂ, ਉਸ ਇਮਾਮ ਦੀ ਮਿਹਨਤ ਹੈ। ਹਾਂਜੀ, ਉੱਥੇ ਪੂਰਾ ਜ਼ੈਲਮ ਖਾਨ ਆਇਆ ਸੀ ਨਾ ਇੱਥੇ, ਅਤੇ ਉਹਨੇ ਜਦੋਂ ਇਹ ਮੁਸ਼ਰਫ ਦੇ ਦੌਰ 'ਚ, ਅਤੇ ਉਹਨੇ ਸਾਬਕਾ ਸਦਰ ਸਨ ਆਏ ਇੱਥੇ, ਅਤੇ ਪੁੱਛਿਆ ਅਖਬਾਰੀ ਨੁਮਾਇੰਦਿਆਂ ਨੇ ਕਿ ਆਜ਼ਾਦ ਕੌਣ ਸਾ ਮੁਲਕ ਹੈ ਦੁਨੀਆ ਮੈਂ। ਉਹਨੇ ਕਿਹਾ ਇੱਕ ਚੇਚਨੀਆਂ ਅਤੇ ਦੂਸਰਾ ਅਫਗਾਨਿਸਤਾਨ। ਤੀਸਰੇ ਦਿਨ ਨਾ ਕਿ ਤੇਰਾ ਵੀਜ਼ਾ ਹੀ ਮੁੱਕ ਗਿਆ, ਇਹਨੂੰ ਕੱਢ ਛੱਡਿਆ ਸੀ ਉਹਨੂੰ, ਫਿਰ ਬੰਬ ਧਮਾਕੇ ਨਾਲ ਸ਼ਹੀਦ ਵੀ ਹੋ ਗਿਆ ਸਨ ਜ਼ੈਲਮ ਖਾਨ। ਬਹਰਹਾਲ ਇਹ ਗੱਲ ਬੜੀ, ਬੱਚੋ ਉੱਠੋ, ਇਹ ਬੜੀਆਂ ਸਾਜ਼ਿਸ਼ਾਂ ਹੋ ਗਈਆਂ ਇਸਲਾਮ ਦੇ ਖਿਲਾਫ਼। ਉੱਠੋ, ਲੱਬੈਕ ਦਾ ਨਾਰਾ ਹੀ ਤੁਹਾਨੂੰ ਹੁਣ ਬਚਾ ਸਕਦਾ। ਇਮਾਮ ਸ਼ਾਮਿਲ ਰਾਤੀ ਘਰ ਆਏ ਨਾ, ਅਤੇ ਆਪ ਦੀ ਅੰਮੀ ਜਾਨ ਬੁੱਢੀ ਜ਼ਈਫ ਬਿਲਕੁਲ, ਉਹਨਾਂ ਕਿਹਾ ਫਲਾਣੇ ਫਲਾਣੇ ਬੰਦੇ ਨੱਪੇ ਨੇ, ਉਹਨਾਂ ਕਿਹਾ ਨੱਪੇ ਨੇ, ਉਹਨਾਂ ਕਿਹਾ ਮੈਂ ਸਿਫਾਰਿਸ਼ ਕਰਦੀ ਹਾਂ ਉਹਨਾਂ ਨੂੰ ਆਜ਼ਾਦ ਕਰ ਦਿਓ। ਆਪਨੇ ਅੰਮੀ ਜਾਨ ਦੀ ਗੱਲ ਸੁਣ ਲਈ, ਸਵੇਰੇ ਆਪਨੇ ਸਾਰੇ ਉਲਮਾ ਨੂੰ ਬੁਲਾਇਆ, ਮੁਫਤੀਆਂ ਨੂੰ ਬੁਲਾਇਆ, ਕਾਜ਼ੀਆਂ ਨੂੰ ਬੁਲਾਇਆ, ਚੀਫ ਜਸਟਿਸ ਕਾਜ਼ੀ ਉਲ ਕੁਜ਼ਾਤ ਨੂੰ ਬੁਲਾਇਆ। ਆਪਨੇ ਫਰਮਾਇਆ ਮੁਝੇ ਇੱਕ ਮਸਲਾ ਦਰਪੇਸ਼ ਹੈ, ਦੱਸੋ। ਸਾਰੇ ਪਰੇਸ਼ਾਨ ਹੋ ਗਏ, ਸ਼ੇਖੇ ਤਰੀਕਤ ਵੀ ਹੈ ਨਾਲ, ਸਿਰਫ ਹਾਕਿਮ ਨਹੀਂ ਸਨ, ਪੀਰ ਵੀ ਸਨ ਨਾਲ। ਉਹਨਾਂ ਨੂੰ ਪਤਾ ਸੀ ਜਦੋਂ ਰਸੂਲੁੱਲਾ ਆਪਣੀ ਪੁਛ ਤੋਂ ਕੱਪੜਾ ਹਟਾ ਦਿੱਤਾ, ਸਾਹਬੀ ਨੇ ਕਿਹਾ ਮੈਂ ਕਿਸਾਸ ਲੈਣਾ, ਅਤੇ ਹਜ਼ੂਰ ਨੇ ਹਟਾਇਆ ਨਹੀਂ, ਇੱਥੇ ਤਾਂ ਆ ਕੇ ਅਕਲ ਵੀ ਮੁੱਕ ਜਾਂਦੀ। ਹਾਂ, ਤਵਜੋ, ਇਮਾਮ ਸ਼ਾਮਿਲ ਫਿਰ ਉਹ ਇਸਲਾਮ ਨਾਫਿਜ਼ ਕੀਤਾ ਨਾ ਜੀ, ਉਹ ਤਾਂ ਨਹੀਂ ਨਜ਼ਾਉਲ ਹੱਕ ਵਾਲਾ ਮੁਨਾਫਕਾਨਾ ਇਸਲਾਮ। ਕਹਿੰਦਾ ਮੇਰੇ ਕੋਲ ਅੱਲਾ ਦੀਨ ਦਾ ਚਿਰਾਗ ਹੈ, ਅਤੇ ਮੈਂ ਕਿਹਾ ਤੇਰੇ ਕੋਲ ਅੱਲਾ ਦੀਨ ਚਿਰਾਗ ਨਹੀਂ ਸੀ ਤਾਂ ਤੂੰ ਕਬਜ਼ਾ ਕਿਉਂ ਕੀਤਾ ਇਕਤਦਾਰ 'ਤੇ? ਜਿਹਨਾਂ ਕੋਲ ਅੱਲਾ ਦੀਨ ਦਾ ਚਿਰਾਗ ਹੋਵੇ ਉਹਨਾਂ ਨੂੰ ਦਿਓ। ਫਿਰ ਉਮਰ ਬਿਨ ਅਬਦੁਲ ਅਜ਼ੀਜ਼ ਮਸੀਤੀਓ ਘਰ ਪਹੁੰਚੇ ਸਨ, ਇਸਲਾਮ ਨਾਫਿਜ਼ ਹੋ ਚੁੱਕੇ ਸੀ, ਅਤੇ ਜਿਹੜੇ ਬਦਿਆਨਤ ਕਰੈਪਟ ਲੋਕ ਸਨ, ਸਵੇਰੇ ਸੁਬੋ ਸਾਦਕ ਤੋਂ ਪਹਿਲੇ ਮਾਲ ਛੋੜ ਕੇ ਫੁੱਟਪਾਥਾਂ ਉੱਤੇ ਸੁੱਤੇ ਹੋਏ ਸਨ, ਉਹਨਾਂ ਕਿਹਾ ਉਮਰ ਬਿਨ ਅਬਦੁਲ ਅਜ਼ੀਜ਼ ਆ ਗਿਆ। ਇਸਲਾਮ ਤਾਂ ਜਲਿਆ ਮਿੰਟ ਦਾ ਕੰਮ ਆਉਂਦਾ, ਇਸਲਾਮ ਤਾਂ ਨਾ ਬਿੱਲ ਪਾਸ ਹੁੰਦੇ ਨਾ ਅਸੈਂਬਲੀਆਂ 'ਚ ਪਾਸ ਹੁੰਦੀ। ਇਮਾਮ ਸ਼ਾਮਿਲ ਫਰਮਾਇਆ ਮੇਰੀ ਇੱਕ ਬੰਦਾ ਦੱਸੋ, ਮਸਲਾ ਇਹ ਵੇ ਕਿ ਬਈ ਜਿਹੜਾ ਬੰਦਾ ਗਲਤ ਬੰਦੇ ਦੀ ਸਿਫਾਰਿਸ਼ ਕਰੇ ਉਹਦੀ ਸਜ਼ਾ ਕਿਵੇਂ? ਉਲਮਾ ਮੁਫਤੀਆਂ ਕਾਜ਼ੀਆਂ ਨੇ ਕਿਹਾ ਉਹਦੀ ਸਜ਼ਾ ਇਤਨੇ ਕੋੜੇ ਮਾਰੋ। ਉਹਨਾਂ ਕਿਹਾ ਦੂਸਰਾ ਮਸਲਾ ਮੇਰਾ ਦਰਪੇਸ਼ ਇਹ ਵੇ ਕਿ ਅਗਰ ਬੰਦਾ ਕੋੜੇ ਖਾਣ ਦੇ ਕਾਬਿਲ ਨਾ ਹੋਵੇ ਤਾਂ ਫਿਰ? ਉਹਨਾਂ ਕਿਹਾ ਉਹਦਾ ਕਰੀਬ ਤਰੀਨ ਬੰਦਾ ਫਿਰ ਕੋੜੇ ਖਾਏ। ਉਹਨਾਂ ਕਿਹਾ ਮੇਰੀ ਮਾਂ ਨੂੰ ਰਸ਼ ਹੈ ਮਰਨ ਦੇ ਕਰੀਬ ਹਨ। ਉਹਨਾਂ ਕਿਹਾ ਮੇਰੀ ਮਾਂ ਗਲਤ ਬੰਦੇ ਦੀ ਸਿਫਾਰਿਸ਼ ਕੀਤੀ, ਸ਼ੇਖੇ ਤਰੀਕਤ ਵਕਤ ਦਾ ਹੁਕਮਰਾਨ ਪੁਛ ਤੋਂ ਕੱਪੜਾ ਹਟਾ ਕੇ ਜੱਲਾਦ ਨੂੰ ਬੁਲਾਵੇ ਅਤੇ ਕੋੜੇ ਖਾ ਰਿਹਾ ਹੋਵੇ। ਤੇਰੀ ਨਿਗਾਹੇ ਨਾਸ ਦੋਨੋਂ ਮੁਰਾਦ, ਇਹ ਇਸਲਾਮ ਹੈ ਬੱਚੋ, ਇਸ ਇਸਲਾਮ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ, ਇਹ ਇਸਲਾਮ ਅਸੀਂ ਲਿਆਉਣਾ ਚਾਹੁੰਦੇ ਹਾਂ ਤਖਤ ਉੱਤੇ। ਹਾਂ, ਅਤੇ ਤੁਸੀਂ ਉੱਠ ਖੜੇ ਹੋਵੋ, ਲਬੈਕ ਦਾ ਨਾਰਾ ਲਾਉਣਾ, ਹੁਣ ਨਹੀਂ ਲਾਉਣਾ, ਹਰ ਜਗ੍ਹਾ ਲਾਉਣਾ। ਮੁਸਲਮਾਨਾਂ ਦੀ ਔਰਤਾਂ ਟੁੱਕਰ ਪਕਾਉਂਦਿਆਂ ਕਵਨ ਲਬੈਕ, ਪੁੱਤਰਾਂ ਅੱਗੇ ਰੋਟੀ ਰੱਖਦਿਆਂ ਕਵਨ ਲਬੈਕ, ਸਕੂਲ ਰਵਾਨਾ ਕਰਦਿਆਂ ਕਵਨ ਲਬੈਕ, ਵਾਪਸੀ ਗੇਟ ਖੜ੍ਹੇ ਲਬੈਕ, ਮੁੰਡਾ ਜਿਹੜਾ ਸਸੁਰਾਲ ਜਾਏ ਲਬੈਕ, ਕੁੜੀ ਮੇਕ ਆਵੇ ਲਬੈਕ,
ਅੱਬਾ ਕਵੇ ਕੀ ਹੋਇਆ, ਉਹਨੇ ਕਿਹਾ ਤੈਨੂੰ ਪਤਾ ਨਹੀਂ ਮੈਂ ਲੱਬੈਕ ਕਰ ਰਿਹਾ। ਅੱਬਾ ਤੈਨੂੰ ਸਮਝ ਨਹੀਂ ਆਈ ਅਜੇ, ਇਹ ਰਸੂਲੁੱਲਾ ਨੇ ਦੱਸਿਆ ਪਿਓ ਪਿਓ ਨੂੰ ਵੇਖ ਕੇ ਪਤਵਤ ਕਰ ਕੀਤਾ ਜਾ ਸਕਦਾ ਅੱਲਾ ਰਾਜ਼ੀ ਹੈ ਕਿ ਨਹੀਂ, ਪਿਓ ਰਾਜ਼ੀ ਤੇ ਰੱਬ ਵੀ ਰਾਜ਼ੀ। ਉਹਨਾਂ ਕਿਹਾ ਅੱਬਾ ਜੀ ਇਹ ਹਜ਼ੂਰ ਨੇ ਦੱਸਿਆ ਨੇ ਅਤੇ ਤੁਹਾਨੂੰ ਲੱਬੈਕ ਤੋਂ ਪਰੇਸ਼ਾਨੀ ਹੋ ਰਹੀ? ਜੇ ਮਾਂ ਨੂੰ ਪਰੇਸ਼ਾਨੀ ਹੋਵੇ ਕਿ ਉਹਨਾਂ ਕਿਹਾ ਅੰਮਾ ਜੀ ਪਤਾ ਹਜ਼ੂਰ ਦੀ ਆਮਦ ਤੋਂ ਪਹਿਲਾਂ ਮਾਵਾਂ ਨਾਲ ਲੋਕ ਕੀ ਕਰਦੇ ਸਨ? ਇਹ ਰਸੂਲੁੱਲਾ ਨੇ ਦੱਸਿਆ ਤੁਹਾਡੇ ਪੈਰਾਂ ਥੱਲੇ ਜੰਨਤ। ਤੁਹਾਨੂੰ ਸਮਝ ਨਹੀਂ ਆਈ ਲੱਬੈਕ ਦੇ ਨਾਰੇ ਦੀ? ਹਾਂ, ਚਾਚੇ ਨੂੰ ਕਹੋ ਚਾਚੇ ਆਓ, ਇਹ ਰਸੂਲੁੱਲਾ ਨੇ ਫਰਮਾਇਆ ਚਾਚਾ ਪਿਓ ਦੇ ਬਰਾਬਰ ਹੁੰਦਾ। ਸੁਣਿਆ ਨਹੀਂ ਤੈਨੂੰ ਲੱਬੈਕ ਦਾ ਨਾਰਾ ਲਾਇਆ, ਮਾਮੇ ਨੂੰ ਵੀ ਇੰਝ ਗੱਲ ਕਰਨੀ? ਉਹਨੇ ਕਿਹਾ ਲੱਬੈਕ ਦਾ ਨਾਰਾ ਤੂੰ ਵੀ ਲਾ। ਹਾਂ, ਇਹ ਸਾਰੇ ਮਾਮੇ ਚਾਚੇ ਇਕੱਠੇ ਕਰੋ, ਹਾਂ ਉਹਨਾਂ ਕੋਲ ਲੱਬੈਕ ਦੇ ਨਾਰੇ ਲਾਓ ਸਾਰੇ। ਸੁਣਿਆ ਮੁੰਡਿਓ, ਲੱਬੈਕ ਦਾ ਨਾਰਾ ਲਾਉਣਾ, ਪੂਰੀ ਦੁਨੀਆ ਟਰੰਪ ਨੂੰ ਦੱਸਣਾ ਹੈ ਮੁਹੰਮਦ ਅਰਬੀ ਦੇ ਸ਼ੇਰ ਜਾਗ ਪੈ ਰਹੇਗਾ ਯੂੰ ਹੀ ਉਨਕਾ। مزید ویڈیوز اور اپڈیٹس کے لیے یوٹیوب پر علامہ خادم حسین رضوی آفیشیل چینل سبسکرائب کریں اور بیل آئیکن پر بھی کلک کریں۔